ਕੋਈ ਹੈਲਪ ਕਰ ਦੋ, ਮੇਰਾ ਪੁੱਤ ਘਰੇ ਆ ਜਾਵੇ। ਮੈਨੂੰ ਕੋਈ ਦੱਸ ਦੋ ਮੇਰਾ ਪੁੱਤ ਕਿੱਥੇ ਆ, ਮੇਰੀ ਮਿਹਨਤ ਮੈਂ ਮੇਰਾ ਪੁੱਤ ਕਰ ਲਿਆ ਦੋ। ਰੋਂਦੀ ਕੋ ਰੋਂਦੀ ਇਹ ਔਰਤ ਵੱਖ ਵੱਖ ਥਾਵਾਂ ਤੇ ਗੁੰਮਸ਼ੁਦਗੀ ਦੇ ਪੋਸਟਰ ਲਗਾ ਰਹੀ ਹੈ। ਇਹ ਬੇਬਸ ਔਰਤ ਪਿੰਡ ਪੱਡਾ ਬੇਟ ਕਪੂਰਥਲਾ ਦੀ ਵਸਨੀਕ ਹੈ, ਜਿਸ ਦਾ ਨੌਜਵਾਨ ਪੁੱਤ 3 ਦਿਨਾਂ ਤੋਂ ਲਾਪਤਾ ਹੋ ਗਿਆ। ਪੀੜਤ ਮਾਂ ਨੇ ਰੋ ਰੋ ਕੇ ਮੀਡੀਆ ਸਾਹਮਣੇ ਗੁਹਾਰ ਲਗਾਈ ਕਿ ਉਸਦੇ ਪੁੱਤ ਦਾ ਕੁਝ ਹੱਦ ਤੱਕ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਹੈ, ਜਿਸ ਕਾਰਨ ਉਹ ਬਿਨਾਂ ਕੁਝ ਦੱਸੇ ਘਰ ਤੋਂ ਚਲਾ ਗਿਆ ਤੇ ਮੁੜ ਕੇ ਵਾਪਸ ਨਹੀਂ ਆਇਆ। ਉਸ ਦਿਨ ਤੋਂ ਹੀ ਪਰਿਵਾਰ ਰੇਲਵੇ ਸਟੇਸ਼ਨਾਂ, ਗੁਰੂ ਘਰਾਂ ਤੇ ਹੋਰ ਥਾਵਾਂ ਤੇ ਤਲਾਸ਼ ਕਰ ਰਿਹਾ ਹੈ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਹ ਨੌਜਵਾਨ ਕਿਤੇ ਵੀ ਦਿਖਾਈ ਦੇਵੇ ਤਾਂ ਉਸਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਜਾਵੇ। ਬਾਪੂ ਜੀ, ਤੁਸੀਂ ਗੁੰਮਸ਼ੁਦਗੀ ਦੇ ਪੋਸਟਰ ਲਾ ਰਹੇ ਸੀ ਵੱਖ ਵੱਖ ਪਿੰਡਾਂ 'ਚ, ਕੀ ਹੈਗਾ ਪੂਰਾ ਮਾਮਲਾ? ਮਾਮਲਾ ਜੀ ਥੋੜ੍ਹਾ ਦਿਮਾਗੀ ਤੌਰ 'ਤੇ ਚਲੇ ਗਿਆ ਕਿ ਪਤਾ ਨਹੀਂ ਕਿੱਦਾਂ ਚਲੇ ਗਿਆ। ਕੌਣ ਚਲ ਗਿਆ? ਇੱਕ ਮੁੰਡਾ ਆਪਣਾ। ਹਾਂਜੀ, ਅਤੇ ਇਸ ਕਰਕੇ ਬਈ ਇਹਦਾ ਪੋਸਟਰ ਲਾਉਣੇ ਕੋਈ ਜਾਣਕਾਰੀ ਕਰ ਲਵੇ। ਕੀ ਉਹਦਾ ਨਾਂ, ਕਿੰਨੀ ਕੁ ਉਮਰ ਹੈ ਉਹਦੀ? ਉਮਰ ਕਿੰਨੀ ਦੱਸਿਆ ਵਾ ਮੁੰਡੇ ਨੇ? ਉਹੋ ਹੀ ਉਮਰ ਆ, ਮੈਨੂੰ ਇੰਨਾ ਖਿਆਲ ਨਹੀਂ ਉਮਰ ਦਾ, 18 ਸਾਲ 19 ਸਾਲ ਦਾ ਦੱਸਦੇ ਆ। ਜੀ ਜੀ ਜੀ। ਅਤੇ ਕੋਸ਼ਿਸ਼ ਇਹ ਆ ਵੀ ਜਿੱਥੇ ਵੀ ਕਿਸੇ ਨੂੰ ਨਜ਼ਰ ਆਉਂਦਾ ਅਤੇ ਇਹਦਾ ਫੋਨ ਨੰਬਰ ਗਿਆ ਹੋਇਆ ਵਾ ਤਾਂ ਉਸ ਨੰਬਰ 'ਤੇ ਪਾ ਕੇ ਫੋਨ ਕਰੇ ਇਹਨਾਂ ਨੂੰ। ਮੇਰੀ ਕੋਈ ਹੈਲਪ ਕਰ ਦਿਉ, ਮੇਰਾ ਪੁੱਤ ਘਰੇ ਆ ਜਾਵੇ, ਮੇਰਾ ਪੁੱਤ ਘਰੇ ਆ ਜਾਵੇ, ਮੇਰੀ ਕੋਈ ਮਦਦ ਕਰ ਦਿਉ, ਮੈਨੂੰ ਕੋਈ ਦੱਸ ਦਿਉ ਮੇਰਾ ਪੁੱਤ ਕਿੱਥੇ ਆ, ਮੈਨੂੰ ਕੋਈ ਦੱਸ ਦਿਉ, ਮੇਰੀ ਕੋਈ ਹੈਲਪ ਕਰੋ, ਮੇਰੀ ਮਿਹਨਤ ਮੈਂ ਮੇਰਾ ਪੁੱਤ ਕਰ ਲਿਆ ਦੋ, ਮੈਂ ਆਪਣੇ ਪੁੱਤ ਤੋਂ ਬਿਨਾਂ ਨਹੀਂ ਰਹਿ ਸਕਦੀ, ਮੇਰਾ ਪੁੱਤ ਘਰੇ ਲਿਆ ਦੋ। ਬੇਟੇ, ਜਿਹੜਾ ਤੇਰਾ ਭਰਾ ਗੁੰਮ ਹੋਇਆ, ਕਿੰਨਾ ਕੀ ਉਹਦਾ ਨਾਂ ਔਰ ਕਿੰਨੀ ਕੁ ਉਮਰ ਹੈ ਉਹਦੀ? ਨਾਮ ਉਹਦਾ ਸਾਗਰ, 18 ਤੋਂ 19 ਸਾਲ ਤੱਕ ਉਮਰ ਆ ਉਹਦੀ। ਕਦੋਂ ਗੁੰਮ ਹੋਏ? 6 ਤਰੀਕ ਦੇ 7 ਵਜੇ ਦਾ ਸਵੇਰ ਦਾ ਘਰੋਂ ਗਿਆ ਹੋਇਆ। ਕਿਹੜੇ ਪਿੰਡ ਤੋਂ ਹੋਏ ਹੋ? ਪੱਡੇ ਬੇਟ ਤੋਂ। ਅੱਛਾ, ਅਤੇ ਕੀ ਘਰੇ ਦੱਸ ਕੇ ਗਏ ਵੀ ਕਿੱਥੇ ਮੈਂ ਜਾ ਰਿਹਾ? ਕੁਛ ਨਹੀਂ ਦੱਸ ਕੇ ਗਿਆ, ਉੱਦਾਂ ਚਲ ਗਿਆ ਘਰੋਂ। ਪਹਿਲਾਂ ਵੀ ਚੱਲ ਜਾਂਦੇ ਸੀ ਅਕਸਰ ਘਰੋਂ? ਪਹਿਲਾਂ ਜਿੱਦਾਂ ਘਰੋਂ ਚੱਲ ਜਾਂਦੇ ਸੀ, ਪਿੰਡ 'ਚ ਰਹਿੰਦਾ ਸੀ, ਅੱਜ ਉਹ 6 ਤਰੀਕ ਨੂੰ ਗਿਆ, ਆਇਆ ਨਹੀਂ ਵਾਪਸ। ਮਤਲਬ ਦਿਮਾਗੀ ਥੋੜ੍ਹਾ ਕਮਜ਼ੋਰ ਆ? ਹਾਂਜੀ। ਠੀਕ ਹੈ, ਅਤੇ ਕੀ ਉਹਦਾ ਕਿੱਦਾਂ ਦੇ ਕੱਪੜੇ ਪਾਏ, ਕੀ ਉਹਦਾ ਹੋਲੀਆ ਕੀ? ਕਾਲੀ ਸ਼ਰਟ ਅਤੇ ਕਾਲਾ ਪਜਾਮਾ ਪਾਇਆ ਹੋਇਆ। ਹਾਈਟ ਕਿੰਨੀ ਕੁ? ਹਾਈਟ ਉਹਦੀ 6 ਫੁੱਟ ਹੈ ਜੀ। ਭੈਣ ਜੀ, ਜਿਹੜਾ ਤੁਹਾਡਾ ਬੱਚਾ ਗੁੰਮ ਹੋਇਆ, ਕੀ ਉਹਨਾਂ ਦਾ ਨਾਂ, ਕਿੰਨੀ ਕੁ ਉਮਰ ਆ? ਉਹਦਾ ਨਾਮ ਹੈਗਾ ਬਲਜਿੰਦਰ ਸਿੰਘ, 18-19 ਸਾਲਾਂ ਦਾ ਜੀ ਹੈਗਾ। ਕਦੋਂ ਗਿਆ ਘਰੋਂ? ਇਹ ਮੰਗਲਵਾਰ ਦਾ ਗਿਆ ਹੋਇਆ ਘਰੋਂ। ਗੁੱਸੇ ਕੱਸੇ ਹੋ ਕੇ ਗਏ? ਨਹੀਂ ਜੀ, ਨਾ ਗੁੱਸੇ ਆ ਨਾ ਕੁਛ ਨਹੀਂ ਹੋਇਆ, ਸਿਰਫ ਦਿਮਾਗੀ ਪਰੇਸ਼ਾਨ ਆ। ਹਾਂਜੀ, ਥੋੜਾ ਦਿਮਾਗ ਪਰੇਸ਼ਾਨ। ਤੇ ਪਹਿਲਾਂ ਵੀ ਚੱਲ ਜਾਂਦੇ ਸੀਗੇ? ਨਹੀਂ ਜੀ, ਕਦੀ ਨਹੀਂ ਕਿਤੇ ਗਿਆ, ਇੱਥੇ ਪਿੰਡ 'ਚ ਹੀ ਰਹਿੰਦਾ ਹੁੰਦਾ ਸੀ। ਪਿੰਡ 'ਚ ਇੱਥੇ ਚੱਲ ਜਾਣਾ, ਘਰੋਂ ਬਾਹਰ ਆਇਆ ਉਹਦਾ, ਘਰੇ ਇੱਥੇ ਕ ਚੱਲ ਜਾਣਾ, ਘਰੇ ਫੇਰ ਚੱਲ ਜਾਣਾ, ਕਿਤੇ ਨਹੀਂ ਦੂਰ ਨੇੜੇ ਗਿਆ ਕਦੀ ਵੀ, ਪਿੰਡੋਂ ਬਾਹਰ ਨਹੀਂ ਕਦੀ ਗਿਆ। ਇਹ ਪਹਿਲਾ ਚਾਂਸ ਹੈ ਜੀ ਸਾਡੇ ਨਾਲ ਹੋਇਆ। ਤੇ ਤੁਸੀਂ ਫਿਰ ਉਹਦੀ ਭਾਲ ਕੀਤੀ ਹੈ? ਹਾਂਜੀ, ਅਸੀਂ ਬਹੁਤ ਲੱਭ ਰਹੇ ਹਾਂ, ਸਾਨੂੰ ਕਿਤੇ ਨਹੀਂ ਲੱਭ ਰਿਹਾ, ਸਾਡੀ ਹੈਲਪ ਕੀਤੀ ਜਾਵੇ, ਸਾਨੂੰ ਕੋਈ ਵੀ ਦੇਖ ਕੇ ਦੱਸ ਦੇਵੇ ਸਾਡਾ ਪੁੱਤ ਕਿੱਥੇ ਆ। ਪੁਲਿਸ ਰਿਪੋਰਟ ਕਰਵਾਈ ਹੈ ਤੁਸੀਂ? ਹਾਂਜੀ ਕਰਵਾਈ ਆ, ਸਾਨੂੰ ਉਹਨਾਂ ਨੇ ਵੀ ਕੁਝ ਦੱਸਿਆ ਹੈਗਾ, ਸਾਡੇ ਕੋਲ ਹੀ ਪੱਲੇ ਫੋੜਦੇ। ਕਪੂਰਥਲਾ ਤੋਂ ਪੱਤਰਕਾਰ ਗੁਰਪ੍ਰੀਤ ਦੀ ਰਿਪੋਰਟ।